ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਦੂਜਾ ਲੇਖਕ ਸਰਦਾਰ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਦੂਜੇ ਕਾਂਡ ਦਾ 6ਵਾਂ ਭਾਗ ਦਾਨ ਜਾਬਰ ਦੀ ਲੁੱਟ ਧਨ ਦੌਲਤ ਨਾਲ ਪ੍ਰਭੂ ਦੀ ਪਰਸੰਤਾ ਖਰੀਦੀ ਨਹੀਂ ਜਾ ਸਕਦੀ ਵਾਹਿਗੁਰੂ ਜੀ ਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਨ ਕੋਸ਼ ਤੇ 628 ਸਫੇ ਤੇ ਦਾਨ ਦੇ ਅਰਥ ਦੇਣ ਦਾ ਕਰਮ ਖੈਰਾਤ ਭਾਵ ਭਿਖਿਆ ਕੀਤਾ ਹੈ ਭਿਖਿਆ ਸਦਾ ਮੰਗਤੇ ਨੂੰ ਪਾਈ ਜਾਂਦੀ ਹੈ ਭਾਵ ਨੇਤਾਣੇ ਅਤੇ ਮਜ਼ਲੂਮ ਦੀ ਸਹਾਇਤਾ ਪਰਉਪਕਾਰ ਹੈ ਦੁਖੀ ਬਿਮਾਰ ਲੂਲੇ ਲੰਗੜੇ अथवा लाचार ਦੀ ਲੋੜ ਪੂਰੀ ਕਰਨਾ ਦਾਨ ਅਖਵਾਉਂਦਾ ਹੈ ਜਰਵਾਣਾ ਅਵਲ ਤਾਂ ਆਪਣੀ ਮਰਜ਼ੀ ਅਨੁਸਾਰ ਪਦਾਰਥ ਖੋਹ ਲੈਂਦਾ ਹੈ ਜਾਂ ਫਿਰ ਉਸ ਦੇ ਕਿਸੇ ਡਰ ਦੇ ਕਾਰਨ ਧਨ ਦੌਲਤ ਆਦ ਉਸ ਦੀ ਭੇਟਾ ਅਥਵਾ ਅਰਪਣ ਕੀਤੀ ਜਾਂਦੀ ਹੈ ਡਰ ਅਥਵਾ ਲਾਲਚ ਅਧੀਨ ਕੀਤੀ ਭੇਟਾ ਨਾ ਧਰਮ ਕਰਮ ਹੈ ਤੇ ਨਾ ਹੀ দান ਹੈ ਹੰਕਾਰ ਵਸ ਹੋਏ ਰਾਜੇ ਵੱਲੋਂ ਹੁਕਮ ਨਾਲ ਮੰਗੇ ਮਾਮਲੇ ਨੂੰ ਵੀ ਗੁਰੂ ਨਾਨਕ ਜੀ ਨੇ দান ਹੀ ਫਰਮਾਨ ਕੀਤਾ ਹੈ ਬੰਦਨ ਕਿਰਖੀ ਕਰੈ ਕਿਰਸਾਨ ਹਉਮੇ ਦਨਸਹਿ ਰਾਜਾ ਮੰਗੇ দান ਪੰਨਾ 416 ਅਰਥ ਕਿਸਾਨ ਗੁਜ਼ਾਰੇ ਵਾਸਤੇ ਕਿਰਖੀ ਭਾਵ ਖੇਤੀ ਕਰਦੇ ਹਨ ਕਰਨੀ ਵੀ ਚਾਹੀਦੀ ਹੈ ਪਰ ਸਿਮਰਨ ਤੋਂ ਬਿਨਾ ਇਹ ਖੇਤੀ ਬਾਹੀ ਬੰਦਨ ਬਣ ਜਾਂਦੀ ਹੈ ਰਾਜਾ ਕਿਸਾਨਾਂ ਪਾਸੋਂ ਮਾਮਲਾ ਰੂਪੀ ਦਾਨ ਲੈਂਦਾ ਹੈ ਉਸ ਦੇ ਅੰਦਰ ਵੀ ਹੰਕਾਰ ਰੂਪੀ ਰੋਗ ਹੁੰਦਾ ਹੈ ਸਤਗੁਰਾਂ ਦੇ ਇਸ ਫਰਮਾਨ ਤੋਂ ਸਪਸ਼ਟ ਸੰਕੇਤ ਮਿਲਦਾ ਹੈ ਕਿ ਧਾਰਮਿਕ ਆਗੂਆਂ ਵੱਲੋਂ ਰੱਬ ਦੇ ਨਾਮ ਤੇ ਕੀਤੀ ਜਾਂਦੀ ਦਾਨ ਉਗਰਾਹੀ ਵੀ ਲੁੱਟ ਹੀ ਹੈ ਰਾਜ ਸੱਤਾ ਦਾ ਡਰ ਦੇ ਕੇ ਗਰੀਬਾਂ ਦੀ ਕਮਾਈ ਖੋਹ ਲੈਣੀ ਤੱਕਾ ਹੈ ਪਰ ਰੱਬ ਵੱਲੋਂ ਮਿਲਦੀ ਪਾਪਾਂ ਦੀ ਸਜ਼ਾ ਦਾ ਡਰ ਦੇ ਕੇ ਗਰੀਬਾਂ ਕੋਲੋਂ ਦਾਨ ਦੇ ਬਹਾਨੇ ਸਭ ਕੁਝ ਲੁੱਟ ਲੈਣਾ ਉਸ ਤੋਂ ਵੀ ਕਿਣਾਵਣਾ ਜ਼ੁਲਮ ਹੈ ਧੀਆਂ ਨੂੰ ਦਿੱਤੇ ਜਾਣ ਵਾਲੇ ਦਾਜ ਨੂੰ ਵੀ ਬ੍ਰਾਹਮਣ ਨੇ ਦਾਨ ਹੀ ਕਿਹਾ ਹੋਇਆ ਸੀ ਧਾਰਮਿਕ ਪੁੰਨ ਕਰਮ ਦੱਸ ਕੇ ਅਜਿਹਾ ਦਾਨ ਇੱਕ ਤਰ੍ਹਾਂ ਨਾਲ ਜਬਰੀ ਹੀ ਖੋਇਆ ਜਾਂਦਾ ਸੀ ਦਾਜ ਰੂਪੀ ਦਾਨ ਨਾ ਦੇ ਸਕਣ ਵਾਲੇ ਦੀ ਬੇਟੀ ਅਵਲ ਤਾਂ ਘਰੇ ਬੈਠੀ ਰਹਿੰਦੀ ਸੀ ਨਹੀਂ ਤਾਂ ਦੁਖੀ ਕਰਕੇ ਉਂਝ ਹੀ ਮਾਰ ਦਿੱਤੀ ਜਾਂਦੀ ਸੀ ਇਸ ਲਈ ਲੁਟੇਰੇ ਜਰਵਾਣੇ ਨੇ ਵੀ ਲੋਕਾਂ ਦੀਆਂ ਧੀਹਾਂ ਖੋ ਕੇ ਜਬਰੀ ਆਪਣੇ ਘਰ ਪਾ ਲਈਆਂ ਅਤੇ ਉਸ ਨੇ ਵੀ ਲੋਕਾਂ ਤੋਂ ਦਾਜ ਰੂਪੀ ਦਾਨ ਹੀ ਮੰਗਿਆ ਪਰ ਫਰਕ ਇਹ ਸੀ ਕਿ ਧਨ ਪੂੰਜੀ ਖੋਲਣ ਲਈ ਬ੍ਰਾਹਮਣ ਦਾ ਹਥਿਆਰ ਦਾਨਪੁਨ अथवा ਫਲਦਾਇਕ ਧਰਮ ਕਰਮ ਸੀ ਤੇ ਇਧਰ ਜਰਵਾਣੇ ਹਾਕਮ ਦਾ ਹਥਿਆਰ ਉਸ ਦੀ ਜ਼ਾਲਮ ਫੌਜ ਸੀ। ਪਾਪ ਕੀ ਜੰਝ ਲੈ ਕਾਬਲੋਂ ਤਾਇਆ ਜੋਰੀ ਮੰਗੇ ਦਾਨ ਵੇ ਲਾਲੋ। ਪੰਨਾ 722 ਇੱਕ ਜ਼ਾਲਮ ਡਾਕੂ ਮਾਪਿਆਂ ਨੂੰ ਸੁਨੇਹਾ ਭੇਜਦਾ ਹੈ ਕਿ ਉਸ ਦਾ ਇੱਕੋ ਇੱਕ लाडला ਪੁੱਤਰ ਐਸ ਵੇਲੇ ਉਸ ਦੀ ਬੰਦੂਕ ਦੀ ਗੋਲੀ ਦਾ ਸ਼ਿਕਾਰ ਬਣ ਜਾਣ ਲਈ ਉਸ ਦੇ ਕਾਬੂ ਵਿੱਚ ਹੈ ਤੇ ਮੰਗ ਕਰਦਾ ਹੈ ਕਿ ਜੇ ਤੜਕੇ ਅੰਮ੍ਰਿਤ ਵੇਲੇ ਮੰਦਰ ਦੀ ਮੂਰਤੀ ਦੇ ਚਰਨਾਂ ਵਿੱਚ 10000 ਰੁਪਇਆ ਭੇਟਾ ਕਰ ਆਵੇ ਤਾਂ ਉਹ ਕਾਕੇ ਨੂੰ ਸਹੀ ਸਲਾਮਤ ਕਰ ਭੇਜ ਦੇਵੇਗਾ ਇਧਰੋਂ ਇੱਕ ਪੁਜਾਰੀ ਜੀ अथवा ਡੇਰੇਦਾਰ ਮਹਾਂਪੁਰਖ ਜੀ ਕਿਸੇ ਬਿਮਾਰ ਬੱਚੇ ਦੇ ਮਾਤਾ ਪਿਤਾ ਨੂੰ ਕਹਿ ਰਿਹਾ ਹੈ ਕਿ ਜੇ ਉਹ ਮੰਦਰ ਦੀ ਮੂਰਤੀ ਦਾ ਜਗਰਾਤਾ ਦੇਣ अथवा 10000 ਰੁਪਏ ਭੇਟਾ ਕਰਨ ਜਾਂ ਅਖੰਡ ਪਾਠ ਕਰਾਉਣ ਦੇ ਨਾਲ ਗੁਰੂ ਘਰ ਜਾਂ ਸਿੱਧਾ ਗੁਰੂ ਮਹਾਰਾਜ ਨੂੰ 10000 ਦਮੜੇ দান ਕਰਨ ਤਾਂ ਉਹਨਾਂ ਦਾ ਸੁਖੀ ਲੱਦਾ ਇੱਕੋ ਇੱਕ ਕਾਕਾ ਰਾਜੀ ਬਾਜੀ ਹੋ ਜਾਵੇਗਾ ਦੋਹਾਂ ਥਾਵਾਂ ਵੱਲੋਂ ਪੱਕਾ ਭਰੋਸਾ ਨਹੀਂ ਕਿ ਮਾਇਆ ਲੈ ਕੇ ਵੀ ਬੱਚੜਾ ਜਿਉਂਦਾ ਰਹੇਗਾ ਕਿ ਨਹੀਂ ਦੋਹੀ ਥਾਈ ਮਮਤਾ ਫਸੀ ਚੋਟਾਂ ਖਾ ਰਹੀ ਹੈ ਕੀ ਇਸ ਨੂੰ দান ਕਹਾਂਗੇ ਕੀ ਇਸ ਨੂੰ ਬੜਾ ਸ਼ੁਭ ਅਤੇ ਫਲਦਾਇਕ ਪੁੰਨ ਕਰਮ ਕਹਾਂਗੇ ਇੱਕ ਨੌਸਰਬਾਜ਼ ਕਹਿੰਦਾ ਹੈ ਕਿ ਮੈਨੂੰ ਜਿੰਨਾ ਸੋਨਾ ਦਿਓ ਮੈਂ ਉਸ ਨੂੰ 70 ਗੁਣਾ ਕਰ ਸਕਦਾ ਹਾਂ ਪਰ ਹੱਥ ਦੀ ਸਫਾਈ ਵਰਤ ਕੇ ਸੋਨਾ ਠੱਗ ਕੇ ਖਿਸਕ ਜਾਂਦਾ ਹੈ ਇਧਰੋਂ ਬ੍ਰਾਹਮਣ अथवा ਡੇਰੇਦਾਰ ਸੰਤ ਮਹਾਪੁਰਖ ਭਰੋਸਾ ਦਿੰਦਾ ਹੈ ਕਿ ਦੇਵਤੇ ਦੇ ਨਾਮ ਤੇ ਗੁਰੂ अथवा ਈਸ਼ਵਰ ਦੇ ਨਾਮ ਤੇ ਜਿੰਨਾ ਦਾਨ ਕੀਤਾ ਜਾਵੇ 70 ਗੁਣਾ ਵਾਧੂ ਹੋ ਕੇ ਮੁੜਦਾ ਹੈ ਕਿ ਦੇਵਤਾ ਗੁਰੂ अथवा ਰੱਬ ਵੀ ਨੌਸ਼ਰਬਾਜ ਹੈ ਦੋਹੀ ਥਾਂ ਹੀ ਠੱਗ ਮਨੁੱਖ ਹੀ ਹੈ ਸਿਰਫ ਠੱਗਣ ਦੀ ਵਿਧੀ ਵਿੱਚ ਫਰਕ ਹੈ ਇੱਕ ਨੇ ਜ਼ਬਾਨ ਵਰਤਨ ਦੇ ਨਾਲ ਹੱਥ ਦੀ ਸਫਾਈ ਵੀ ਵਰਤ ਲਈ ਦੂਜੀ ਨੇ ਨਿਰੀ ਜ਼ਬਾਨ ਦੀ ਸਫਾਈ ਨਾਲ ਸਭ ਕੁਝ ਠੱਗ ਲਿਆ ਵੱਡਾ ਫਰਕ ਇਹ ਹੈ ਕਿ ਇੱਕ ਠੱਗ ਨੂੰ ਫੜ ਕੇ ਜੇਲ੍ਹ ਵਿੱਚ ਸੁੱਟਿਆ ਜਾਂਦਾ ਹੈ ਪਰ ਦੂਜੇ ਠੱਗ ਦੀ ਹਰ ਹਾਲਤ ਵਿੱਚ ਇੱਜ਼ਤ अथवा ਪੂਜਾ ਕੀਤੀ ਜਾਣੀ ਧਰਮ ਦਾ ਅੰਗ ਹੈ ਦੋਹਾਂ ਵਿੱਚੋਂ ਬਹੁਤਾ ਖਤਰਨਾਕ ਠੱਗ ਕੌਣ ਹੈ ਜੀ ਦੂਜੀ ਅਜੀਬ ਖੇੜ ਇਹ ਬਣ ਰਹੀ ਹੈ ਕਿ ਠੱਗਣ ਵਾਲਾ ਅਤੇ ਠੱਗਿਆ ਜਾਣ ਵਾਲਾ ਦੋਵੇਂ ਹੀ ਲੋਭ ਦੇ ਵਾਸਾਨ ਪਾਪੀ ਦੋਵੇਂ ਧਰਾ ਹਨ ਕਿਉਂਕਿ ਜਹਾਂ ਲੋਭ ਤਹ ਕਾਲ ਹੈ ਪੰਨਾ 1372 ਆਪਣੇ ਜਾਂ ਪਰਾਏ ਹੱਕ ਵਿੱਚ ਫਰਕ ਨਾ ਕਰ ਸਕਣ ਵਾਲੇ ਲੋਭੀ ਮਨੋਖ ਲਈ ਸਤਿਗੁਰਾਂ ਦਾ ਫਰਮਾਨ ਇਸ ਪ੍ਰਕਾਰ ਹੈ ਜਿਉ ਕੂਕਰ ਹਰ ਕਾਇਆ ਧਾਵੇ ਦਹਿ ਦਿਸ਼ ਜਾਏ ਲੋਭੀ ਜਨ ਤਨਾ ਜਾਣੀ ਭਖ ਅਪਖ ਸਭ ਖਾਏ ਕਾਮ ਕ੍ਰੋਧ ਮਦ ਬਿਆਪਿਆ ਫਿਰ ਫਿਰ ਜੋਨੀ ਪਾਏ ਪੰਨਾ 50 ਦਾਨ ਦੇ ਬਹਾਨੇ ਠੱਗ ਖਾਣ ਵਾਲਾ ਲੋਭੀ ਵੀ ਵਾਹਿਗੁਰੂ ਦੇ ਹੁਕਮ ਵਿੱਚ ਵਿਚਰਨਾ ਅਤੇ ਉਦਮ ਨਾਲ ਸੁਕਿਰਤ ਕਰਨੀ ਭੁੱਲ ਚੁੱਕਾ ਹੈ ਅਤੇ ਦਾਨ ਦੇ ਵਟੇ ਕਈ ਗੁਣਾ ਵੱਧ ਮਾਇਕ ਲਾਭ ਲੈਣ ਦੀ ਲਾਲਸਾ ਵਾਲਾ ਲੋਭੀ ਕਥਿਤ ਦਾਨੀ ਵੀ ਨੇਕ ਕਮਾਈ ਕਰਕੇ ਨਿਰਵਾਹ ਕਰਦਿਆਂ ਪ੍ਰਭੂ ਦਾ ਧੰਨਵਾਦੀ ਬਣੇ ਰਹਿਣਾ ਭੁੱਲ ਚੁੱਕਾ ਹੁੰਦਾ ਹੈ નિਸਫਲ ਦਾਨ ਪਰਮਾਰਥ ਸਵਾਰ ਲੈਣ ਦੀ ਲਾਲਸਾ ਨਾਲ ਕੀਤਾ ਅਜਿਹਾ দান ਨੇ ਸਫਲ ਹੈ ਗੁਰਬਾਣੀ ਸਿਧਾਂਤ ਦੇ ਤਤ ਸ੍ਰੀ ਜਪਜੀ ਸਾਹਿਬ ਤੋਂ ਸਿੱਖਿਆ ਮਿਲਦੀ ਹੈ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਪੌੜੀ ਨੰਬਰ 21 ਗੁਰਦੇਵ ਜੀ ਨੇ ਇਸ ਇੱਕੋ ਇੱਕ ਤੋਕ ਦੁਆਰਾ ਹੀ ਤੀਰਥਾਂ ਦੇ ਇਸ਼ਨਾਨ ਤਪ ਸਾਧਣੇ ਜੀਵਾਂ ਤੇ ਦਇਆ ਵਾਲੇ ਧਰਮ ਨੱਕ ਤੇ ਪੱਟੀ ਬੰਨੀ ਫਿਰਨ ਵਾਲੀ ਜੀ ਦਇਆ ਅਤੇ ਦਿੱਤੇ ਹੋਏ ਦਾਨ ਦੀ ਹਰ ਪ੍ਰਕਾਰ ਦੀ ਕਥਿਤ ਮਹੱਤਤਾ ਦਾ ਖੰਡਨ ਕਰ ਦਿੱਤਾ ਹੈ ਡਾਕਟਰ ਭਾਈ ਵੀਰ ਸਿੰਘ ਜੀ ਪ੍ਰੋਫੈਸਰ ਸਹਿਬ ਸਿੰਘ ਜੀ ਆਦਿ ਵਿਦਵਾਨਾਂ ਨੇ ਇਸ ਤੋਕ ਦੇ ਅਰਥ ਇਸ ਪ੍ਰਕਾਰ ਕੀਤੇ ਹਨ ਤੀਰਥ ਯਾਤਰਾ ਤਪਾਂ ਦੀ ਸਾਧਨਾ ਜੀਵਾਂ ਤੇ ਦਇਆ ਕਰਨੀ ਦਿੱਤਾ ਦਾਨ ਇਨ੍ਹਾਂ ਕਰਮਾਂ ਦੇ ਵਟੇ ਐਵੇਂ ਤਿਲ ਕੁ ਜਿੰਨੀ ਵਡਿਆਈ ਮਿਲਦੀ ਹੈ ਅਰਥਾਤ ਅਜਹੇ ਪੁੰਨ ਕਰਮਾਂ ਦੇ ਕਰਨ ਨਾਲ ਪਰਮਾਰਥ ਨੂੰ ਸਵਾਰ ਸਕਣ ਦਾ ਪਰਮ ਬਿਲਕੁਲ ਅਰਥਹੀਣ ਹੈ ਸਟੇਜ ਤੋਂ ਦਾਨੀ ਦਾ ਨਾਮ ਸੁਣਦੇ ਜਾਣ ਨਾਲ ਮਿਲਦੀ ਵਡਿਆਈ ਤੋਂ ਵੱਧ ਇਨ੍ਹਾਂ ਕਰਮਾਂ ਦਾ ਹੋਰ ਕੋਈ ਲਾਭ ਨਹੀਂ ਹੈ ਦਾਨ ਵਾਲੇ ਨੂੰ ਤਪੱਸਿਆ ਕਰਨ ਵਾਲੇ ਤਪੀ ਨੂੰ ਤੀਰਥਾਂ ਦੇ ਯਾਤਰੀ ਨੂੰ ਜਾਂ ਜੀਵਾਂ ਤੇ ਦਇਆ ਕਰਨ ਵਾਲੇ ਧਰਮੀ ਹੋਣ ਦਾ ਉਹ ਚੇਚਾ ਹੰਕਾਰ ਹੋ ਜਾਣ ਨਾਲ ਕਿਸੇ ਵਡਿਆਈ ਨਾਲੋਂ ਮਨੁੱਖ ਦੀ ਮਾਨਸਿਕ ਅਵਸਥਾ ਦੀ ਹਾਨੀ ਬਹੁਤੀ ਹੋ ਜਾਂਦੀ ਹੈ ਜਪਜੀ ਸਾਹਿਬ ਵਿੱਚਲਾ ਇਹੀ ਗਿਆਨ ਸਤਿਗੁਰਾਂ ਨੇ ਗੁਰਬਾਣੀ ਦੇ ਬਿਆਨਤ ਸ਼ਬਦਾਂ ਦੁਆਰਾ ਦ੍ਰਿੜ ਕਰਾਉਣ ਦੀ ਕਿਰਪਾ ਕੀਤੀ ਹੋਈ ਹੈ ਕਾਂਚਨ ਕੇ ਕੋਟ ਦਤ ਕਰੀ ਬਹੁ ਹੈ ਵਰ ਗੈ ਵਰਦਾਨ ਭੂਮ ਦਾਣ ਗਉਆਂ ਕਣੀ ਵੀ ਅੰਤਰ ਗਰਭ ਗੁਮਾਨ RAM ਨਾਮ ਮਨ ਵਿਧਿਆ ਗੁਰ ਦੀਆ ਸੱਚ ਦਾਣ ਪੰਨਾ 62 ਅਰਥ ਜੇ ਮੈਂ ਸੋਨੇ ਦੇ ਕਿਲੇ ਦਾਨ ਕਰਾਂ ਬਹੁ ਸਾਰੇ ਵਧਿਆ ਘੋੜੇ ਤੇ ਹਾਥੀ ਬਹੁ ਸਾਰੀਆਂ ਗਉਆਂ ਦਾਨ ਕਰਾਂ ਅਜਿਹੇ ਦਾਨ ਨਾਲ ਸਗੋਂ ਮਾਣ ਅਤੇ ਹੰਕਾਰ ਬਣ ਜਾਂਦਾ ਹੈ ਇਸ ਕਾਰਨ ਦਾਨ ਸਫਲ ਹੀ ਜਾਂਦਾ ਹੈ ਜਿਸ ਮਨੁੱਖ ਨੂੰ ਗੁਰੂ ਨੇ ਪ੍ਰਭੂ ਨਾਮ ਦੇ ਨਾਲ ਜੋੜ ਦਿੱਤਾ ਉਸ ਦਾ ਮਨਸਾ ਦਾ ਪਰਮਾਤਮਾ ਦੇ ਨਾਮ ਵਿੱਚ ਪੂਰਿਆ ਰਹਿੰਦਾ ਹੈ ਤੇ ਇਹੀ ਹੈ ਸਹੀ ਕਰਨੀ ਜੋ ਗੁਰੂ ਵੱਲੋਂ ਦਾਨ ਵਿੱਚ ਮਿਲਦੀ ਹੈ ਕੰਕ ਕਾਮਨੀ ਹੈ ਵਰ ਗੈ ਵਰ ਬਹੁ ਵਿਦ ਦਾਨ ਦਾ ਤਾਰਾ ਅੰਨ ਬਸਤਰ ਭੂਮ ਬਹੁ ਅਰਪੇ ਨਹਿ ਮਿਲੀਏ ਹਰ ਦੁਆਰਾ ਪੰਨਾ 642 ਅਰਥ ਜੇ ਕੋਈ ਮਨੁੱਖ ਸੋਨਾ ਇਸਤਰੀ ਵਧਿਆ ਘੋੜੇ ਵਧਿਆ ਹਾਥੀ ਅਤੇ ਇਹੋ ਜਿਹਾ ਕਈ ਕਿਸਮ ਦਾ ਦਾਨ ਕਰੇ ਅਨਦਾਨ ਕਪੜੇ ਦਾਨ ਜ਼ਮੀਨ ਦਾਨ ਕਰਦਾ ਹੈ ਇਸ ਤਰ੍ਹਾਂ ਦੇ ਦਾਨ ਨਾਲ ਪਰਮਾਤਮਾ ਦੇ ਦਰ ਤੇ ਪਹੁੰਚ ਨਹੀਂ ਹੋ ਸਕਦੀ ਪੂਜਾ ਵਰਤ ਤਿਲਕ ਇਸ਼ਨਾਨਾ ਪੁੰਨ ਦਾਨ ਬਹੁਦੈਨ ਕਹੂ ਨ ਭੀਜੈ ਸੰਜਮ ਸਵਾਮੀ ਬੋਲੇ ਮਿੱਠੇ ਬਹਿਨ ਪੰਨਾ 674 ਅਰਥ ਲੋਕ ਦੇ ਪੂਜਾ ਕਰਦੇ ਵਰਤ ਰੱਖਦੇ ਹਨ ਮੱਥੇ ਉੱਤੇ ਤਿਲਕ ਲਾਉਂਦੇ ਹਨ ਤੀਰਥਾਂ ਤੇ ਇਸ਼ਨਾਨ ਕਰਦੇ ਹਨ ਬੜੇ ਦਾਨਪੁਨ ਕਰਦੇ ਹਨ ਮਿੱਠੇ ਬੋਲ ਬੋਲਦੇ ਹਨ ਪਰ ਅਜਹੀ ਕਿਸੇ ਵੀ ਯੁਗਤ ਨਾਲ ਮਾਲਕ ਪ੍ਰਭੂ ਨਹੀਂ ਭੇਜਦਾ ਭਾਵ ਖੋਸ਼ ਨਹੀਂ ਹੁੰਦਾ ਅਸਮੇਧ ਜਗਨੇ ਤੁਲਾ ਪੁਰਖ ਦਾਨੇ ਪ੍ਰਾਗ ਇਸ਼ਨਾਨੇ ਤਉ ਨ ਪੁਜੇ ਹਰ ਕੀਰਤਨਾਮਾ ਆਪਣੇ ਰਾਮੇ ਭਜ ਹਰੇ ਮਨ ਆਲਸੀਆ ਰਹਾਉ ਪੰਨਾ 873 ਅਰਥ ਆਸੁਮੇਦ ਜਗਨੇ ਆਸੁਮੇਦ ਜਗ ਕਰ ਨਾਲ ਵੇਦ ਕਾਲ ਵਿੱਚ ਸੰਤਾਨ ਦੀ ਖਾਤਰ ਰਾਜੇ ਇਹ ਜਗ ਕਰਦੇ ਸਨ ਫਿਰ ਉਹ ਰਾਜੇ ਵੀ ਕਰਨ ਲੱਗ ਪਏ ਜੋ ਆਣ ਗਵਾਂਡ ਦੇ ਰਾਜਿਆਂ ਵਿੱਚ ਸਭ ਤੋਂ ਵੱਡਾ ਅਖਵਾਉਣਾ ਚਾਹੁੰਦੇ ਸਨ ਇੱਕ ਘੋੜਾ ਸਜਾ ਕੇ ਕੁਝ ਸੂਰ ਬੀਰਾਂ ਦੀ ਨਿਗਰਾਨੀ ਵਿੱਚ ਇੱਕ ਸਾਲ ਲਈ ਛੱਡਿਆ ਜਾਂਦਾ ਸੀ ਜਿਸ ਉਪਰੇ ਰਜਵਾੜੇ ਦੀ ਹੱਦ ਵਿੱਚ ਘੋੜਾ ਲੰਘੇ ਉਹ ਰਾਜਾ ਜਾਂ ਲੜੇ ਜਾਂ ਈਨ ਮੰਨੇ ਸਾਲ ਪਿੱਛੋਂ ਜਦੋਂ ਉਹ ਘੋੜਾ ਮੁੜ ਆਪਣੇ ਰਾਜ ਵਿੱਚ ਆਵੇ ਤਾਂ ਜੱਗ ਕੀਤਾ ਜਾਂਦਾ ਸੀ ਅਜਾਹੇ 100 ਜੱਗ ਕੀਤੇ ਆ ਇੰਦਰ ਦੀ ਪਦਵੀ ਮਿਲਦੀ ਮੰਨੀ ਗਈ ਸੀ ਤਾਇਆ ਇਹ ਖਿਆਲ ਆਇਆ ਕਿ ਇੰਦਰ ਇਨ੍ਹਾਂ ਜਗਾਂ ਦੇ ਰਾਹ ਵਿੱਚ ਰੋਕ ਪਾਇਆ ਕਰਦਾ ਸੀ ਤੁਲਾ ਆਪ ਤੋਲ ਕੇ ਆਪਣੇ ਬਰਾਬਰ ਦਾ ਸੋਨਾ ਤੋਲ ਕੇ ਦਾਨ ਕਰਨਾ ਪ੍ਰਿਆਗ ਜੁਪੀ ਦਾ ਇੱਕ ਸ਼ਹਿਰ ਜਿਸ ਦਾ ਨਾਮ ਇਲਾਹਾਬਾਦ ਪੈ ਗਿਆ ਸੀ ਇਹ ਹਿੰਦੂਆਂ ਦਾ ਬੜਾ ਵੱਡਾ ਤੀਰਥ ਹੈ ਭਾਵ ਇਹ ਹੈ ਕਿ ਕਿਸੇ ਵੱਡੇ ਤੋਂ ਵੱਡੇ ਤੀਰਥ ਤੇ ਜਾ ਕੇ ਇਸ਼ਨਾਨ ਕਰਨੇ ਜਾਂ ਆਪਣੇ ਬਰਾਬਰ ਤੋਲ ਕੇ ਸੋਨਾ ਦਾਨ ਕਰਨਾ ਪ੍ਰਭੂ ਦੇ ਨਾਮ ਦੇ ਸਿਮਰਨ ਦੀ ਬਰਾਬਰੀ ਨਹੀਂ ਕਰ ਸਕਦਾ ਗੁਰਬਾਣੀ ਸ਼ਬਦ ਜਿਨ੍ਹਾਂ ਦੇ ਮਨਮਤੀ ਅਰਥ ਕਰਕੇ ਮਾਇਆ দান ਕਰਨ ਦੀ ਪ੍ਰੇਰਣਾ ਦਿੱਤੀ ਜਾ ਰਹੀ ਹੁੰਦੀ ਹੈ। ਮਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਪਿਆਏ ਸੁਣਾ ਸਭਨਾ ਨੂੰ ਕਰ ਦਾਨ 12 ਮਹਾ ਪੰਨਾ 135 ਮਾਗ ਦੇ ਮਹੀਨੇ ਦੀ ਸੰਗਰਾਦ ਵਾਲੇ ਦਿਨ ਬ੍ਰਾਹਮਣ ਨੇ ਵੈਦਿਕ ਕਾਲ ਤੋਂ ਹੀ ਉਚੇਚੀ ਮਹੱਤਤਾ ਦਿੱਤੀ ਹੋਈ ਹੈ। ਇਸ ਦਿਨ ਤੇ ਤੀਰਥਾਂ ਦੇ ਇਸ਼ਨਾਨ ਅਤੇ ਬ੍ਰਾਹਮਣਾਂ ਨੂੰ ਕੀਤੇ ਦਾਨ ਨੂੰ ਬڑے ਪਾਪਾਂ ਦੇ ਨਾਸ਼ ਕਰਨ ਵਾਲਾ ਵੱਡਾ ਪੁੰਨ ਕਰਮ ਮੰਨਿਆ ਹੋਇਆ ਸੀ ਬ੍ਰਾਹਮਣੀ ਰੀਤ ਵਿੱਚ ਫਸ ਚੁੱਕੇ ਗੁਰੂ ਦੇ ਸਿੱਖ ਨੇ ਵੀ ਇਸ ਦਿਨ ਤੇ ਇਸ਼ਨਾਨ ਦਾਨ ਨੂੰ ਵੱਡਾ ਪੁੰਨ ਮੰਨ ਲਿਆ ਇਸ ਵਿਪਰੀ ਵਿਸ਼ਵਾਸ ਨੂੰ ਗੁਰਮਤ ਦਾ ਅੰਗ ਬਣਾ ਲੈਣ ਲਈ ਚਲਾਕ ਲੋਕਾਂ ਨੇ ਸਿੱਖ ਇਤਿਹਾਸ ਕਈ ਥਾਈਂ ਬ੍ਰਾਹਮਣੀ ਮਿਥਿਹਾਸ ਵਰਗੀਆਂ ਕਹਾਣੀਆਂ ਦਾ ਰਲਾ ਪਾ ਕੇ ਹਿੰਦੂਆਂ ਦੇ ਪਵਿੱਤਰ ਦਿਨਾਂ ਨਾਲ ਜੋੜ ਕੇ ਸਿੱਖਾ ਵਿੱਚ ਵੀ ਪੁਰਾਣੇ ਭਰਮਈ ਸੰਸਕਾਰਾਂ ਨੂੰ ਮੋੜ ਸੁਰਜੀਤ ਕਰ ਦਿੱਤਾ ਹੋਇਆ ਹੈ ਇਸ ਪੁਸਤਕ ਦੇ ਦੂਜੇ ਭਾਗ ਵਿੱਚ ਭਰਮ ਭਟਕਣਾ ਪਰਕਰਨ ਵਿੱਚ ਮਹੂਰਤਾਂ ਥਿੱਤਾਂ ਵਾਰਾਂ ਆਦ ਨੂੰ ਚੰਗਾ ਜਾਂ ਮਾੜਾ ਸਮਝਣ ਵਾਲੇ ਕਰਮ ਦੀ ਬੜੀ ਖੋਲ ਕੇ ਵਿਚਾਰ ਕੀਤੀ ਹੈ ਮਾਗ ਦੀ ਸੰਗਰਾਦ ਨੂੰ ਅੰਮ੍ਰਿਤਸਰ ਤਰਨਤਾਰ ਮੁਕਤਸਰ ਆਸ ਰੋਵਰਾਂ ਤੇ ਖਾਸ ਕਰਕੇ ਇਸ਼ਨਾਨ দান ਕਰਕੇ ਪੁੰਨ ਖੱਟਣ ਵਾਲਿਆਂ ਦੀ ਅਥਵਾ ਸੁਖਣਾ ਲਾਉਣ ਵਾਲਿਆਂ ਦੀ ਉਹ ਚੇਚੀ ਪੀੜ ਹੁੰਦੀ ਹੈ ਸੰਗਰਾਦ ਵਾਲੇ ਦੀਵਾਨ ਵਿੱਚ ਬਹੁਤੇ ਪ੍ਰਚਾਰਕ ਅਥਵਾ ਰਾਗੀ ਢਾਡੀ ਸਬਨਾ ਨੂੰ ਕਰਦਾਨ ਤੋਕਤੇ ਬੜਾ ਜ਼ੋਰ ਦੇ ਕੇ ਲੋਕਾਂ ਨੂੰ ਦਾਨ ਕਰਨ ਦੀ ਪ੍ਰੇਰਣਾ ਦੇ ਰਹੇ ਹੁੰਦੇ ਹਨ ਜਰਾ ਵੀ ਧਿਆਨ ਨਾਲ ਵਿਚਾਰਿਆ ਜਾਵੇ ਤਾਂ ਸਾਫ ਸਿੱਧ ਹੁੰਦਾ ਹੈ ਕਿ ਸਤਗੁਰਾਂ ਨੇ ਇਸ ਤੋਕ ਵਿੱਚ ਮਾਇਆ ਦਾਨ ਕਰਨ ਤੋਂ ਸਪਸ਼ਟ ਸ਼ਬਦਾਂ ਵਿੱਚ ਰੋਕਿਆ ਹੋਇਆ ਹੈ ਸਬਨਾ ਸ਼ਬਦ ਦੇ ਅਰਥ ਨੂੰ ਕਿਸੇ ਢੰਗ ਜਾਂ ਚੁਤਰਾਈ ਨਾਲ ਕਿਸੇ ਖਾਸ ਸ਼੍ਰੇਣੀ ਨਾਲ ਨਹੀਂ ਜੋੜਿਆ ਜਾ ਸਕਦਾ ਸਭਨਾਂ ਵਿੱਚ ਅਮੀਰ ਗਰੀਬ ਭਲੇ ਬੁਰੇ ਦੁਖੀ ਸੁਖੀ ਸਾਰਾ ਸੰਸਾਰ ਹੀ ਆਉਂਦਾ ਹੈ ਹੁਕਮ ਸਭਨਾਂ ਨੂੰ ਦਾਨ ਕਰਨ ਦਾ ਹੈ ਮਾਇਆ अथवा ਪਦਾਰਥਾਂ ਦਾ ਦਾਨ ਚੋਰਾਂ ਡਾਕੂਆਂ ਆਦ ਨੂੰ ਤਾਂ ਕੀਤਾ ਹੀ ਨਹੀਂ ਜਾ ਸਕਦਾ ਫਿਰ ਕਿਹੜਾ ਅਜਿਹਾ ਦਾਨ ਹੈ ਜੋ ਸਭ ਨੂੰ ਕੀਤਾ ਜਾਣਾ ਵੱਡਾ ਪੁੰਨ ਕਰਮ ਹੈ ਉਹ ਦਾਨ ਹੈ ਪ੍ਰਭੂ ਦਾ ਨਾਮ ਆਪ ਜਪਣਾ ਅਤੇ ਨਾਮ ਜਪਣ ਲਈ ਹੋਰਨਾਂ ਨੂੰ ਪ੍ਰੇਰਣਾ ਕਰਨੀ अथवा ਰਲ ਮਿਲ ਕੇ ਗੁਰੂ ਸ਼ਬਦ ਦੀ ਵਿਚਾਰ ਕਰਨੀ ਗੁਰੂ ਦੇ ਗਿਆਨ ਅਨੁਸਾਰ ਆਪਣਾ ਜੀਵਨ ਬਣਾਉਣਾ ਅਤੇ ਇਸ ਗਿਆਨ ਨੂੰ ਲੋਕਾਂ ਵਿੱਚ ਵੰਡਣਾ ਹੀ ਸਭ ਤੋਂ ਉੱਚਾ ਅਤੇ ਸੋਚਾ ਦਾਨ ਹੈ ਗੁਰਦੇਵ ਜੀ ਨੇ ਇਸੇ ਦਾਨ ਨੂੰ ਸਭਨਾਂ ਵਿੱਚ ਵੰਡਣ ਲਈ ਫਰਮਾਇਆ ਹੈ ਜਿਨ੍ਹਾਂ ਤੋਂ ਭੁਲੇਖਾ ਪੈ ਸਕਦਾ ਹੈ अथवा ਜਾਣ ਬੁੱਝ ਕੇ ਅਜਿਹਾ ਭੁਲੇਖਾ ਪਾਇਆ ਜਾ ਸਕਦਾ ਹੈ ਉਨ੍ਹਾਂ ਵਿੱਚੋਂ ਕੁਝ ਹੋਰ ਗੁਰੂ ਸ਼ਬਦ ਇਸ ਪ੍ਰਕਾਰ ਹਨ ਦਸਮੀ ਨਾਮ ਦਾਨ ਇਸ਼ਨਾਨ ਅੰਦਨਮਜਨ ਸੱਚਾ ਗੁਣ ਗਿਆਨ ਸੱਚ ਮੈਲ ਨਾ ਲਾਗੇ ਭ੍ਰਮ ਭਉ ਭਾਗੇ ਬਿਮਲ ਨ ਤੂਟਸ ਕਾਚੈ ਤਾਗੇ ਜਿਉ ਤਾਗਾ ਜਗ ਏਵੇਂ ਜਾਣੋ ਅਸਥਰ ਚੀਤ ਸਾਚ ਰੰਗ ਮਾਣ ਪੰਨਾ 840 ਅਰਥ ਪਰਮਾਤਮਾ ਦਾ ਨਾਮ ਜਪਣਾ ਹੀ ਦਸਵੀਂ ਥਿਤ ਤੇ দান ਕਰਨਾ ਤੇ ਇਸ਼ਨਾਨ ਕਰਨਾ ਹੈ ਭਾਵ ਨਾ ਮਾਇਆ দান ਕਰਨ ਦੀ ਲੋੜ ਹੈ ਨਾ ਹੀ ਕਿਸੇ ਤੀਰਥ ਤੇ ਇਸ਼ਨਾਨ ਕਰਨ ਦੀ ਜ਼ਰੂਰਤ ਹੈ ਪ੍ਰਭੂ ਦੇ ਗੁਣਾਂ ਨਾਲ ਡੂੰਗੀ ਸਾਂਝ ਹੀ ਸਦਾ ਥਿਰ ਰਹਿਣ ਵਾਲਾ ਨੇਤ ਦਾ ਤੀਰਥ ਇਸ਼ਨਾਨ ਹੈ ਪ੍ਰਭੂ ਚਿੰਤਨ ਵਿੱਚ ਜੁੜਿਆ ਮਨ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ ਮਨ ਦਾ ਸਹਿਮ ਇਉਂ ਤੁਰੰਤ ਮੁੱਕਦਾ ਹੈ ਜਿਵੇਂ ਕੱਚੇ ਧਾਗੇ ਦੇ ਟੁੱਟਦਿਆਂ ਚੇਰ ਨਹੀਂ ਲੱਗਦਾ ਜਗਤ ਦੇ ਸਬੰਧ ਨੂੰ ਇਉਂ ਹੀ ਸਮਝੋ ਜਿਵੇਂ ਕੱਚਾ ਤੱਗਾ ਹੈ ਆਪਣੇ ਮਨ ਨੂੰ ਪ੍ਰਭੂ ਚਰਨਾਂ ਵਿੱਚ ਜੋੜੀ ਰੱਖ ਕੇ ਆਤਮਿਕ ਆਨੰਦ ਮਾਣੋ ਸੁਣ ਗੱਲਾਂ ਗੁਰ ਪੈ ਆਇਆ ਨਾਮ ਦਾਨ ਇਸ਼ਨਾਨ ਦਿੜਾਇਆ ਸਭ ਮੁਕਤ ਹੋਵਾ ਸੰਸਾਰੜਾ ਨਾਨਕ ਸੱਚੀ ਬੇੜੀ ਚਾੜ ਜਿਓ ਪੰਨਾ 74 ਅਰਥ ਗੁਰਦੇਵ ਜੀ ਫੁਰਮਾਨ ਕਰਦੇ ਹਨ ਕਿ ਗੁਰੂ ਜਿਸ ਜਿਸ ਨੂੰ ਸਦਾ ਥਿਰ ਪ੍ਰਭੂ ਦੇ ਸਿਮਰਨ ਦੀ ਬੇੜੀ ਵਿੱਚ ਬਿਠਾਉਂਦਾ ਹੈ ਉਹੀ ਵਿਕਾਰਾਂ ਤੋਂ ਬਚਦਾ ਜਾਂਦਾ ਹੈ ਇਸ ਤਰ੍ਹਾਂ ਸਾਰੇ ਜਗਤ ਦਾ ਉਧਾਰ ਹੋ ਰਿਹਾ ਹੈ ਇਹ ਗੱਲਾਂ ਸੁਣ ਕੇ ਮੈਂ ਗੁਰੂ ਕੋਲ ਗਿਆ ਹਾਂ ਤੇ ਉਸ ਨੇ ਮੇਰੇ ਹਿਰਦੇ ਵਿੱਚ ਬਿਠਾ ਦਿੱਤਾ ਹੈ ਕਿ ਨਾਮ ਸਿਮਰਨਾ ਹੋਰਨਾਂ ਨੂੰ ਸਿਮਰਨ ਵੱਲ ਪ੍ਰੇਰਣਾ ਨਾਮ ਦਾ ਦਾਨ ਕਰਨਾ ਪਵਿੱਤਰ ਜੀਵਨ ਬਣਾਉਣਾ ਇਸ਼ਾਨਾਂ ਇਹੀ ਹੈ ਸਹੀ ਜੀਵਨ ਰਾਹ ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੇ ਦਇਆ ਜਾਣੇ ਜੀ ਕੀ ਕਿਛ ਪੁੰਨ দান ਕਰੇ ਪੰਨਾ 468 ਅਰਥ ਸੱਚ ਭਾਵ ਪਰਮਾਤਮਾ ਦੀ ਪਛਾਣ ਹੋ ਗਈ ਤਦ ਹੀ ਜਾਣੀਏ ਜੇ ਗੁਰੂ ਦੀ ਮਾਤੋ ਅਨੁਸਾਰ ਜੀਵਨ ਨੂੰ ਢਾਲ ਕੇ ਮਨੁੱਖਤਾ ਨਾਲ ਪਿਆਰ ਕਰਨਾ ਸਿੱਖ ਕੇ ਸਰਬੱਤ ਦੇ ਭਲੇ ਵਾਸਤੇ ਹਮਦਰਦੀ ਅਤੇ ਦਇਆ ਹੋਵੇ ਦੀਨ ਦੁਖੀ ਦੀ ਖਾਤਰ ਜੂਝਦਾ ਹੋਇਆ ਪੁਰਜਾ ਪੁਰਜਾ ਹੋ ਕੇ ਮਰਨ ਤੋਂ ਨਾ ਝਿਜਕਦਾ ਹੋਵੇ ਹਰ ਇੱਕ ਦੇ ਵਿੱਚ ਪਰਬੂ ਨੂੰ ਹੀ ਵਸਦਾ ਵੇਖਣ ਵਾਲੀ ਅੱਖ ਵਾਲਾ ਗੁਰਮਖ ਦੂਜਿਆਂ ਦੇ ਦਿਲ ਨੂੰ ਨਾ ਚੱਲ ਸਕੇ ਦਇਆ ਮਿਹਰ ਨਾਲ ਭਰਿਆ ਅਜਿਹਾ ਹਿਰਦਾ ਗਰੀਬਾਂ ਲੋੜਵੰਦਾਂ ਦੇ ਮੁਖ ਨੂੰ ਗੁਰੂ ਕੀ ਗੋਲਕ ਜਾਣੇ ਅਸਲ ਦਾਨਪੁਣ ਅਤੇ ਅਸਲ ਦਇਆ ਇਹ ਹੈ ਜੋ ਮਨੁੱਖ ਨੂੰ ਪਰਮਾਤਮਾ ਦੇ ਦਰ ਤੇ ਲੈ ਅਪੜਦੀ ਹੈ ਗੁਰੂ ਸਾਹਿਬ ਅਪਾਰ ਕਿਰਪਾ ਕਰਦੇ ਹੋਏ ਸਾਨੂੰ ਸਮਝਾਉਂਦੇ ਹਨ ਕਿ ਜੇ ਦਾਨ ਕਰਨਾ ਹੀ ਹੈ ਤਾਂ ਇਹ ਦਾਨ ਕਰੋ ਅਬ ਮੇਰੋ ਠਾਕੁਰ ਸਿਓ ਮੰਨ ਲੀਨਾ ਪ੍ਰਾਨ ਦਾਨ ਗੁਰ ਪੂਰੇ ੳਰਜਾਇਓ ਜਿਉਂ ਜਲ ਮੀਨਾ ਰਹਾ ਕਾਮ ਕ੍ਰੋਧ ਲੋਭ ਮਦ ਮਤਸਰ ਇਹ ਅਰਪ ਸਗਲ ਦਾਨ ਕੀਨਾ ਮੰਤਰ ਦਰੜਾਏ ਹਰ ਔਖਦ ਗੁਰ ਦੀਓ ਤਉ ਮਿਲਿਓ ਸਗਲ ਪਰਬੀਨਾ ਗ੍ਰਹਿ ਤੇਰਾ ਤੂੰ ਠਾਕੁਰ ਮੇਰਾ ਗੁਰ ਹਉ ਕੋਈ ਪ੍ਰਭ ਦੀਨਾ ਕਹੋ ਨਾਨਕ ਮੈਂ ਸਹਿਜ ਘਰ ਪਾਇਆ ਹਰ ਭਗਤ ਪੰਡਾਰ ਖਜ਼ੀਨਾ ਪੰਨਾ 1210 ਅਰਥ हे ਭਾਈ ਪੂਰੇ ਗੁਰੂ ਨੇ ਮੈਨੂੰ ਆਤਮਿਕ ਜੀਵਨ ਦੀ ਦਾਤ ਬਖਸ਼ੀ ਹੈ ਮੈਨੂੰ ਠਾਕੁਰ ਪ੍ਰਭੂ ਨਾਲ ਇਉਂ ਜੋੜ ਦਿੱਤਾ ਹੈ ਜਿਵੇਂ ਮੱਛੀ ਪਾਣੀ ਨਾਲ ਹੁਣ ਮੇਰਾ ਮਨ ਠਾਕੁਰ ਪ੍ਰਭੂ ਨਾਲ ਇਕਮਿਕ ਹੋਇਆ ਰਹਿੰਦਾ ਹੈ ਰਹਾਉ हे ਭਾਈ ਜਦੋਂ ਤੋਂ ਗੁਰੂ ਨੇ ਆਪਣਾ ਉਪਦੇਸ਼ ਮੇਰੇ ਹਿਰਦੇ ਵਿੱਚ ਪੱਕਾ ਕਰਕੇ ਮੈਨੂੰ ਹਰਨਾਮ ਦੀ ਦਵਾਈ ਦਿੱਤੀ ਹੈ ਤਦੋਂ ਤੋਂ ਮੈਨੂੰ ਸਾਰੇ ਗੁਨਾਵਿੱਚ ਸਿਆਣਾ ਪ੍ਰਭੂ ਮਿਲ ਪਿਆ ਹੈ ਤੇ ਮੈਂ ਆਪਣੇ ਅੰਦਰੋਂ ਕਾਮ, ਕ੍ਰੋਧ, ਲੋਭ, ਹਉਮੈ, ਈਰਖਾ ਆਦਕ ਸਾਰੇ ਬਿਕਾਰ ਸਦਾ ਲਈ ਕੱਢ ਦਿੱਤੇ ਹਨ। हे ਪ੍ਰਭੂ ਹੁਣ ਮੇਰਾ ਹਿਰਦਾ ਤੇਰਾ ਘਰ ਬਣ ਗਿਆ ਹੈ। ਤੂੰ ਸੱਚਮੁੱਚ ਮੇਰੇ ਇਸ ਘਰ ਦਾ ਮਾਲਕ ਬਣ ਗਿਆ। ਗੁਰੂ ਨੇ ਮੇਰੀ ਹਉਮੈ ਦੂਰ ਕਰ ਦਿੱਤੀ ਹੈ। ਇਹ ਨਾਨਕ ਗੁਰੂ ਦੀ ਕਿਰਪਾ ਨਾਲ ਮੈਂ ਆਤਮਿਕ ਅਡੋਲਤਾ ਦਾ ਸੋਮਾ ਲੱਭ ਲਿਆ ਹੈ। ਮੈਂ ਪਰਮਾਤਮਾ ਦੀ ਭਗਤੀ ਦੇ ਭੰਡਾਰ ਲੱਭ ਲਏ ਹਨ। ਹੇ ਬਿਪਰ ਜੀ ਇੱਕ ਪਾਸੇ ਤਾਂ ਤੁਸੀਂ ਇਹ ਆਖ ਰਹੇ ਹੋ ਕਿ ਮਾਇਆ ਦਾਨ ਕਰਨ ਨਾਲ ਸਾਰੇ ਦੇਵਤੇ ਖੁਸ਼ ਹੋ ਕੇ ਦਾਨੀ ਨੂੰ ਕਈ ਗੁਣਾ ਵੱਧ ਧਨ ਬਖਸ਼ਦੇ ਹਨ ਅਤੇ ਹੋਰ ਮੂਹ ਮੰਗੇ ਵਰ ਦਿੰਦੇ ਹਨ। ਪਰ ਦੂਜੇ ਪਾਸੇ ਇਹ ਗਾਥਾ ਵੀ ਸੁਣਾ ਰਹੇ ਹੋ ਕਿ ਰਾਵਣ ਨੇ ਸ਼ਿਵ ਜੀ ਨੂੰ ਖੁਸ਼ ਕਰਨ ਵਾਸਤੇ ਆਪਣੇ ਸਿਰ ਆਪ ਹੀ ਵੱਢ ਕੇ ਭੇਟ ਕੀਤੇ ਸਨ। ਰਾਵਣ ਭਲਾ ਕਿਹੜਾ ਕੰਗਾਲ ਸੀ? ਜੋ ਮੂੰਹ ਮੰਗਿਆ ਸੋਨਾ ਨਹੀਂ ਸੀ ਦੇ ਸਕਦਾ ਤੁਸੀਂ ਆਪ ਹੀ ਦੱਸਦੇ ਹੋ ਕਿ ਰਾਵਣ ਦੀ ਰਾਜਧਾਨੀ ਲੰਕਾ ਦੇ ਕੰਧਾਂ ਕੋਠੇ ਵੀ ਸੋਨੇ ਦੇ ਹੀ ਬਣੇ ਹੋਏ ਸਨ ਲੋਕਾਂ ਨੂੰ ਸਾਫ਼ ਕਿਉਂ ਨਹੀਂ ਸਮਝਾਉਂਦੇ ਕਿ ਪਰਮਾਤਮਾ अथवा ਉਸ ਦੇ ਭਗਤਾਂ ਨੂੰ ਕਿਸੇ ਮਾਇਕ ਪਦਾਰਥ ਨਾਲ ਕੋਈ ਵਾਸਤਾ ਨਹੀਂ ਪ੍ਰਭੂ ਦਾ ਪਿਆਰ ਸੋਨੇ ਚਾਂਦੀ ਹੀਰੇ ਮੋਤੀਆਂ ਦੇ ਵਟੇ ਕਦੇ ਨਹੀਂ ਮਿਲ ਸਕਦਾ ਸੰਮਨ ਜੋ ਇਸ ਪ੍ਰੇਮ ਕੀ ਦਾਮ ਕਹੋਤੀ 60 라ਵਣ ਹੁਤੇ ਸੋਰੰਕ ਨੇ ਜਿਨ ਸਿਰ ਦੀਨੇ ਕਾਟ ਪੰਨਾ 1363 ਕਾਂਚਨ ਸਿਓ ਪਾਈਏ ਨਹੀਂ ਤੋਲ ਮਨ ਦੇ ਰਾਮ ਲੀਆ ਹੈ ਮੂਲ ਪੰਨਾ 327 ਅਰਥ ਆਪਣੇ ਭਾਰ ਨਾਲ ਸੋਨਾ দান ਕੀਤਿਆਂ ਵੀ ਪ੍ਰਭੂ ਨਹੀਂ ਮਿਲਦਾ ਪ੍ਰਭੂ ਨੂੰ ਪਾਉਣ ਲਈ ਆਪਾ ਪਾਪ ਮਟਾਉਣਾ ਹੁੰਦਾ ਹੈ ਗੁਰੂ ਦੀ ਮਤ ਅਨੁਸਾਰ ਜੀਵਨ ਜੁਗਤ ਸਵਾਰਨ ਦੀ ਜਾਚ ਸਿੱਖਣੀ ਪੈਣੀ ਹੈ ਪੁੰਨ দান ਜਪ ਤਪ ਜੀਤੇ ਸਭ ਉਪਰ ਨਾਮ ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ ਭੈ ਬਿਨਸੇ ਪ੍ਰਮੋ ਮੋ ਗਏ ਕੋ ਦਿਸੇ ਨ ਬੀਆ ਨਾਨਕ ਰਾਖੇ ਪਾਰ ਬ੍ਰਹਮ ਫਿਰ ਦੁਖ ਨ ਥੀਆ ਪੰਨਾ 401 ਅਰਥ ਗੁਰਦੇਵ ਜੀ ਫਰਮਾਨ ਕਰਦੇ ਹਨ ਕਿ ਜਿਨੇ ਮਰਜੀ ਹੈ ਦਾਨ ਪੁੰਨ ਜਪਾ ਅਤੇ ਤਪਾ ਵਾਲੀਆਂ ਕਠਨ ਕਾਲਾਂ ਕੀਤੀਆਂ ਜਾਣ ਪ੍ਰਭੂ ਨੂੰ ਕੋਈ ਚੰਗਾ ਨਹੀਂ ਲੱਗਦਾ ਹਿਰਦੇ ਵਿੱਚ ਪ੍ਰਭੂ ਦੀ ਸਦੀਵੀ ਯਾਦ ਅਤੇ ਉਸ ਦੀਆਂ ਵਡਿਆਈਆਂ ਦੀ ਵਿਚਾਰ ਕਰਦੇ ਰਹਿਣ ਵਾਲੇ ਸੁਭਾਅ ਵਾਲੇ ਮਨੁੱਖ ਦੇ ਲੋਕ ਪਰਲੋਕ ਦੇ ਸਾਰੇ ਕੰਮ ਸੌਰ ਜਾਂਦੇ ਹਨ ਅਤੇ ਕੋਈ ਦੁੱਖ ਨੇੜੇ ਨਹੀਂ ਆਉਂਦਾ ਆਸਦਾਨ ਗੱਜਦਾਨ ਸੇਜਾ ਨਾਰੀ ਭੂਮਿਦਾਨ ਐਸੋ ਦਾਨ ਨਿਤ ਨਿਤ ਕੀਜੈ ਆਤਮ ਜੋ ਨਰਮਾਇਲ ਕੀਜੈ ਆਪ ਬਰਾਬਰ ਕੰਚਨ ਦੀਜੈ ਰਾਮ ਨਾਮ ਸਰ ਤਉ ਨ ਪੂਜੈ ਪੰਨਾ 973 ਬ੍ਰਾਹਮਣ ਦੀ ਚਲਾਈ দান ਪ੍ਰਥਾ ਜਿਸ ਨੂੰ ਗੁਰਬਾਣੀ ਭਾਵੇਂ ਮੁੱਢੋਂ ਹੀ ਕਬੂਲ ਨਹੀਂ ਕਰਦੀ ਪਰ ਹੇਠ ਲਿਖੇ ਸ਼ੰਕਿਆਂ ਦੀ ਨਿਵਿਰਤੀ ਕੌਣ ਕਰੇ ਪੰਥ ਦੇ ਮੁਖ ਜਥੇਦਾਰ ਸਾਹਿਬ ਨੂੰ ਚਿੱਠੀਆਂ ਲਿਖ ਲਿਖ ਕੇ ਥੱਕ ਗਏ ਹਾਂ ਕਿਤੋਂ ਕੋਈ ਪੱਲਾ ਨਹੀਂ ਫੜਾਉਂਦਾ ਨੰਬਰ 1 ਗੁਰਬਾਣੀ ਤੋਂ ਸਪਸ਼ਟ ਹੈ ਕਿ ਦਾਨ ਪ੍ਰਥਾ ਨੂੰ ਹਾਨੀਕਾਰਕ ਜਾਣ ਕੇ ਸਤਗੁਰਾਂ ਨੇ ਦਾਨ ਦੇ ਧਨ ਦੇ ਵਰਤਨ ਨਾਲੋਂ ਦਸਵੰਦ ਵਜੋਂ ਦਿੱਤੀ ਮਾਇਆ ਨੂੰ ਧਰਮ ਕਾਰਜਾਂ अथवा ਪੰਥ ਕਾਰਜਾਂ ਲਈ ਵਰਤਣ ਦੀ ਮਰਜ਼ਾਦਾ ਬਣਾਈ ਸੀ ਫਿਰ ਦਰਬਾਰ ਸਾਹਿਬ ਸਮੇਤ ਹੋਰ ਕਈ ਗੁਰਦੁਆਰਿਆਂ ਵਿੱਚ ਲੱਗੀਆਂ ਸਿੱਲਾਂ ਉੱਤੇ 25 ਰੁਪਏ ਤੋਂ ਆਰੰਭ ਹੋ ਕੇ ਇਸ ਤੋਂ ਵੱਧ ਰਕਮਾਂ দান ਕਰਨ ਵਾਲੇ ਦਾਨੀਆਂ ਦੇ ਨਾਮ ਪਤੇ ਕਿਵੇਂ ਉਕਰੇ ਗਏ ਕਿ ਅਜਿਹਾ ਕਰਕੇ ਗੁਰੂ ਘਰਾਂ ਦੇ ਪ੍ਰਬੰਧਕਾਂ ਨੇ ਦਾਨ ਕਰਨ ਲਈ ਗੁਰਸਿੱਖ ਦਾਨੀਆਂ ਨੂੰ ਉਤਸ਼ਾਹ ਨਹੀਂ ਸੀ ਦਿੱਤਾ ਜਾਂ ਅਜਿਹੇ ਕੁਝ ਤੋਂ ਅੱਜ ਵੀ ਦਾਨ ਕਰਨ ਦੀ ਲਗਾਤਾਰ ਪ੍ਰੇਰਣਾ ਨਹੀਂ ਮਿਲ ਰਹੀ ਨੰਬਰ 2 ਮੰਜੀ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਸਟੇਜ ਤੋਂ ਆਰੰਭ ਹੋ ਕੇ ਗੁਰੂ ਦਰਬਾਰ ਦੀਆਂ ਲਗਭਗ ਸਾਰੀਆਂ ਸਟੇਜਾਂ ਤੇ ਦਾਨੀਆਂ ਦੀ ਸ਼ੋਭਾ ਕੀਤੀ ਜਾਂਦੀ ਹੈ ਕਈ ਦਾਨੀਆਂ ਦੀ ਉਚੇਚੀ ਸਿਫਤ ਕਰਨ ਦੇ ਨਾਲ ਉਹਨਾਂ ਨੂੰ ਸਿਰਪਾਓ ਦੇ ਕੇ ਜੈਕਾਰਿਆਂ ਨਾਲ ਸਨਮਾਨਤ ਕੀਤਾ ਜਾਂਦਾ ਹੈ ਜੇ ਇਹ ਗੁਰਮਤਿ ਸਿਧਾਂਤ ਦੇ ਵਿਰੁੱਧ ਹੈ ਤਾਂ ਗੁਰੂ ਹੁਕਮਾਂ ਦੀ ਉਲੰਘਣਾ ਕਰਨ ਦੀ ਰੀਤ ਚਾਲੂ ਕਰਨ ਦਾ ਜ਼ਿੰਮੇਵਾਰ ਕੌਣ ਹੈ ਨੰਬਰ 3 ਰਹਿਤਨਾਮਾ ਭਾਈ ਚੌਪਾ ਸਿੰਘ ਵਿੱਚ ਇਉਂ ਲਿਖਿਆ ਹੈ ਗੁਰੂ ਦਾ ਸਿੱਖ ਗਰੀਬ ਦੀ ਰਸਨਾ ਕੋ ਗੁਰੂ ਕੀ ਗੋਲਕ ਜਾਣੇ ਅਤੇ ਗੁਰਮਤ ਮਾਰਤੰਡ ਵਿੱਚ ਗੋਲਕ ਉਸ ਨੂੰ ਕਿਹਾ ਹੈ ਜਿਸ ਬਰਤਨ ਵਿੱਚ ਦਸਵੰਦ ਦੀ ਰਕਮ ਰੱਖੀ ਜਾਵੇ ਫਿਰ ਅੱਡੇ ਬੈਠੇ ਖਜ਼ਾਨਤੀ ਕੋਲ ਅਜਹੀ ਗੋਲਕ ਰੱਖਣ ਦੀ ਥਾਂ ਸਿੱਧੀ 사ਤਗੁਰਾਂ ਦੇ ਸਾਹਮਣੇ ਸਰਬ ਉੱਚ ਦਰਬਾਰ ਦੇ ਵਿੱਚ ਹੀ ਗੋਲਕ ਰੱਖਣੀ ਕਿ ਗੁਰੂ ਆਸ਼ੇ ਦੀ ਖੰਡਨਾ ਨਹੀਂ ਕਿ ਇਹ ਬ੍ਰਾਹਮਣੀ ਮੰਦਰਾਂ ਵਾਲੀ ਵਿਪਰ ਰੀਤੀ ਨਹੀਂ ਹੈ ਕਿ ਅਜਹੀ ਗੋਲਕ ਕਦੇ ਗਿਰਜੇ ਜਾਂ ਮਸੀਤ ਪਈ ਵੀ ਵੇਖੀ ਹੈ ਮਾਇਆ ਨੂੰ ਝੂਠ अथवा नागਨੀ ਕਹਿਣ ਵਾਲੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਸੱਚਾ ਪਾਤਸ਼ਾਹ ਕਹਿੰਦੇ ਹਾਂ ਅਤੇ ਸੰਸਾਰੀ ਸ਼ੈਨ ਸ਼ਾਹ ਵਾਂਗ ਹੀ ਅਸੀਂ ਉਸ ਨੂੰ ਤਖਤ ਜਬਰ ਅਤੇ ਛਤਰ ਦਾ ਮਾਲਕ ਸਮਝਦੇ ਹਾਂ ਫਿਰ ਇਸ ਗੰਭੀਰ ਸ਼ੰਕੇ ਦੀ ਨਿਵਰਤੀ ਕੌਣ ਕਰੇ ਕਿ ਜਦ ਸੰਸਾਰੀ ਰਾਜੇ ਦੇ ਕਿਸੇ ਵੀ ਦਰਬਾਰ ਵਿੱਚ ਗੋਲਕ ਨਹੀਂ ਰੱਖੀ ਜਾਂਦੀ ਅਸੀਂ ਕਿਸ ਦਲੀਲ ਨਾਲ ਸੱਚੇ ਦਰਬਾਰ ਵਿੱਚ ਮਾਇਆਨਾਗਣੀ ਦੀ ਉਗराई ਕਰਨ ਲਈ ਗੋਲਕ ਰੱਖ ਕੇ ਕੋੜੀ ਮੰਗਤਿਆਂ ਅਤੇ ਪਿੰਗਲਵਾੜੇ ਵਾਲਿਆਂ ਦੀ ਰੀਸ ਕਰ ਰਹੇ ਹਾਂ ਨੰਬਰ 4 ਦਰਬਾਰ ਸਹਿਬ ਵਿੱਚ ਹੀ ਪ੍ਰਕਾਸ਼ਮਾਨ ਸਤਿਗੁਰ ਦੇ ਅਹਨ ਸਾਹਮਣੇ ਬੈਠੇ ਇੱਕ ਸੇਵਾਦਾਰ ਨੇ ਆਪਣੇ ਨੇੜੇ ਇੱਕ ਢੇਰੀ ਗੂੜੇ ਕੇਸਰੀ ਰੰਗ ਵਾਲੇ ਵਧੀਆ ਮਲਮਲੀ ਕੱਪੜੇ ਦੇ ਪਟਕਿਆਂ ਦੀ ਦੂਜੀ ਢੇਰੀ ਖਦਰੀ ਕੱਪੜੇ ਅਤੇ ਜ਼ਰਾ ਘੱਟ ਗੂੜੇ ਰੰਗ ਵਾਲੇ ਪਟਕਿਆਂ ਦੀ ਲਾਈ ਹੁੰਦੀ ਹੈ ਅਤੇ ਤੀਜੀ ਥਾਂ ਟੋਕਰੀ ਵਿੱਚ ਵੱਡੇ ਪਤਾਸੇ ਪਾ ਕੇ ਰੱਖੇ ਹੁੰਦੇ ਹਨ ਉਸਨੇ ਗੁਰੂ ਦਰਬਾਰ ਵਿੱਚ ਆਏ ਸ਼ਰਧਾਲੂਆਂ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਹੁੰਦਾ ਹੈ ਬਹੁਤਾ দান ਦੇਣ ਵਾਲੇ ਨੂੰ ਪਹਿਲੇ ਨੰਬਰ ਦਾ ਪਟਕਾ ਉਸ ਤੋਂ ਛੋਟੇ ਦਾਨੀ ਨੂੰ ਦੂਜੇ ਨੰਬਰ ਦਾ ਪਟਕਾ ਤੀਸਰੇ ਦਰਜੇ ਵਾਲੇ ਨੂੰ ਇੱਕ ਜਾਂ ਵੱਧ ਵੱਡੇ ਆਕਾਰ ਦੇ ਪਤਾਸੇ ਅਤੇ ਚੌਥੇ ਦਰਜੇ ਦੇ ਗਰੀਬ ਉਸੇ ਸਤਿਗੁਰੂ ਜੀ ਦੇ ਅੱਗੇ ਲੱਗੇ ਮਾਇਆ ਦੇ ਢੇਰ ਵਿੱਚ ਸਰਿਆ ਬਣਿਆ ਹਿੱਸਾ ਰਲਾ ਕੇ ਚੱਲਦਾ ਬਣਦਾ ਜਿਸ ਦੇ ਕਈ ਸ਼ਬਦ ਅਜੇ ਹੀ ਮਰਯਾਦਾ ਦੀ ਖੰਡਨਾ ਕਰਦੇ ਹਨ ਅਤੇ ਜਿਸ ਦੇ ਪਹਿਲੇ ਸਰੂਪਾਂ ਨੇ ਦਸਬੰਦ ਦੀ ਮਰਯਾਦਾ ਬਣਾਈ ਸੀ ਕਿ ਇਹ ਸਭ ਕੁਝ ਮਹੰਤਾਂ ਦੀ ਯਾਦ ਵਿੱਚ ਚਾਲੂ ਰੱਖਿਆ ਹੋਇਆ ਹੈ ਕਿ ਗੁਰੂ ਦਾ ਸਰਬ ਉੱਚ ਦਰਬਾਰ ਠੱਗੀ ਮਾਰਨ ਦਾ ਉਪਦੇਸ਼ ਦੇਣ ਵਾਲਾ ਤਾਂ ਨਹੀਂ ਬਣਾ ਦਿੱਤਾ। ਕਰੀਬ-ਕਰੀਬ ਸਾਰੇ ਗੁਰਦੁਆਰਿਆਂ ਵਿੱਚ ਅਰਦਾਸੀਏ ਕੋਲ ਦਾਨੀਆਂ ਦੇ ਦਾਨ ਅਤੇ ਉਹਨਾਂ ਦੀਆਂ ਮੰਗਾਂ ਦੀ ਲਿਸਟ ਫੜੀ ਹੁੰਦੀ ਹੈ। ਜਿਸ ਨੂੰ ਪੜ੍ਹ ਕੇ ਸੁਣਾਉਣ ਦਾ ਸਮਾਂ ਪੰਥਕ ਮਰਜ਼ਾਦਾ ਵਾਲੀ ਅਰਦਾਸ ਉਚਾਰਨ ਦੇ ਸਮੇਂ ਨਾਲੋਂ ਵੱਧ ਹੁੰਦਾ ਹੈ ਅਤੇ ਇਹ ਰਿਵਾਜ ਅਰਦਾਸ ਦਾ ਹਿੱਸਾ ਹੀ ਬਣ ਗਿਆ। ਕੀ ਕਾਰਨ ਹੈ ਕਿ ਅਜਿਹੀ ਗੁਰਮਤ ਵਿਰੋਧੀ ਬ੍ਰਾਹਮਣੀ ਰੀਤ ਨੂੰ ਅਕਾਲ ਤਖਤ ਦੇ ਜਥੇਦਾਰ ਜੀ ਕਿਉਂ ਨਹੀਂ ਰੋਕਦੇ? ਇਹਨਾਂ ਪ੍ਰਸ਼ਨਾਂ ਦਾ ਉੱਤਰ ਉਹਨਾਂ ਨੇ ਹੀ ਦੇਣਾ ਸੀ ਜਿਨ੍ਹਾਂ ਨੇ ਪੰਥ ਕਰੈਤ ਮਰਜਾਦਾ ਨੂੰ ਆਪ ਵੰਡਿਆ ਜਿਹੜੇ ਉਸ ਮਹਾਨ ਪਵਿੱਤਰ ਕੇਂਦਰੀ ਅਸਥਾਨ ਤੋਂ ਮਿਲੀਆਂ ਸਰਬ ਉੱਚ ਪਦਵੀਆਂ ਦੇ ਮਾਲਕ ਬਣੇ ਹੋਏ ਮਾਇਆ ਦੇ ਨਸ਼ੇ ਵਿੱਚ ਸੁੱਤੇ ਘੁੜਾੜੇ ਮਾਰ ਰਹੇ ਹਨ ਜਿਨ੍ਹਾਂ ਦੇ ਜ਼ਿੰਮੇ ਗੁਰਮਤਿ ਸਿਧਾਂਤ ਦੀ ਰਾਖੀ ਦੀ ਜ਼ਿੰਮੇਵਾਰੀ ਸਤਗੁਰਾਂ ਆਪ ਸੌਂਪੀ ਸੀ ਜਿਹੜਾ ਨਿਆਰਾ ਅਸਥਾਨ ਗੁਰਦੇਵ ਜੀ ਨੇ ਸਿਰਜਿਆ ਹੀ ਇਸ ਸੱਦਰ ਨਾਲ ਸੀ ਕਿ ਇਸ ਥਾਂ ਤੋਂ ਸਿੱਖਾਂ ਨੂੰ ਬੜੀ ਉਸਾਰੂ ਸਿੱਟਿਆਂ ਵਾਲੀ ਧਾਰਮਿਕ ਅਤੇ ਰਾਜਨੀਤਿਕ ਸੇਧ ਸਦਾ ਮਿਲਦੀ ਰਹੇ ਸਤਗੁਰਾਂ ਦੀ ਦਿਲੀ ਸੱਦਰ ਸੀ ਕਿ ਸਾਰਾ ਪੰਥ ਇਸ ਕੇਂਦਰ ਨਾਲ ਜੁੜਿਆ ਰਹਿ ਕੇ ਅੱਡ ਅੱਡ ਮਰਜਾਦਾ ਵਾਲੀ ਧੜੇਬੰਦੀ अथवा ਫੁੱਟ ਦੇ ਘਾਤਗਜ਼ਹਿਰ ਤੋਂ ਬਚਿਆ ਰਹੇ ਪਰ ਸਰਬਉੱਚ ਪਦਵੀਆਂ ਤੇ ਬੈਠਾ ਅਖੌਤੀ ਜਥੇਦਾਰ ਸਤਗੁਰੂ ਦੀ ਹਰ ਅਜਹੀ ਸੱਦਰ ਨੂੰ ਬੜੇ ਚਿਰ ਤੋਂ ਭੁੱਲ ਭੁਲਾ ਚੁੱਕਾ ਹੈ ਪੰਥ ਭਵੇਂ ਠੱਠੇ ਖੂਵ ਵਿੱਚ ਜਥੇਦਾਰ ਦੀ ਕੋਠੀ ਦੇ ਦਾਣੇ ਦਿਨੋਂ ਦਿਨ ਵੱਧਦੇ ਰਹਿਣੇ ਚਾਹੀਦੇ ਹਨ ਅਤੇ ਉਸ ਦੇ ਝੋਲੀ ਚੁਕਾਂ ਦੀਆਂ ਪੰਜੇ ਘੋ ਵਿੱਚ ਰਹਿਣੀਆਂ ਚਾਹੀਦੀਆਂ ਹਨ हे ਦਾਤਾਰ ਅਸੀਂ ਤਾਂ ਕੁਰਾਏ ਪੈ ਚੁੱਕੇ ਹਾਂ ਤੂੰ ਆਪ ਉਚੇਚੀ ਮਿਹਰ ਕਰ ਅਤੇ ਆਪਣੇ ਹੱਥੀਂ ਲਾਇਆ ਇਹ ਬੂਟਾ ਸੁੱਕਣੋਂ ਬਚਾਉਣ ਦਾ ਕੋਈ ਸਬਬ ਬਣਾ ਸਾਡੀ ਲਾਵਾਰਸਾਂ ਦੀ ਨਾਂ ਦੀ ਤੂੰ ਰੱਖਿਆ ਕਰ ਕਹੇ ਪ੍ਰਭ ਅਵਰ ਕਿਛ ਕੀਜੈ ਸਬ ਬਾਦ ਸ਼ਿੰਗਾਰ ਫੋਕਟ ਫੁਕਟਈਆ ਕੀਓ ਸ਼ਿੰਗਾਰ ਮਿਲਣ ਕੇ ਤਾਈ ਪ੍ਰਭ ਲੀਓ ਸੁਹਾਗਣ ਥੂਕ ਮੁਖ ਪਈਆ ਹਮ 체ਰੀ ਤੂੰ ਆਗਮ ਗਸਾਈਂ ਕਿਆ ਹਮ ਕਰੇ ਤੇਰੇ ਵਸ ਪਈਆ ਦਇਆ ਦੀਨ ਕਰੋ ਰਖ ਲੇਵੋ ਨਾਨਕ ਹਰ ਗੁਰ ਸ਼ਰਨ ਸਮਈਆ ਪੰਨਾ 836 ਕਿਤਾਬ ਦਾ ਅਗਲਾ ਕਾંડ ਮੰਗਣ ਬਾਰੇ ਆਰੰਭ ਹੋ ਰਿਹਾ ਹੈ ਅਜੇਹ ਲਾਸਾਨੀ ਗੁਰਮਤਿ ਸਿਧਾਂਤਾਂ ਦੀ ਬਖਸ਼ਿਸ਼ ਕਰਨ ਵਾਲੇ ਧੰਨ ਧੰਨ ਸਤਿਗੁਰੂ ਨਾਨਕ ਸਾਹਿਬ ਜੀ ਦੀ ਆਸਾ ਕੀ ਵਾਰ ਵਿਚਲਾ ਫਰਮਾਨ ਯਾਦ ਕਰ ਲਈਏ ਭਗਤ ਤੇਰੇ ਮਨ ਭਾਮ ਦੇ ਦਰ ਸੋਹਣ ਕੀਰਤ ਗਾਮ ਦੇ ਨਾਨਕ ਕਰਮਾਂ ਬਾਹਰੇ ਦਰ ਢੋ ਨ ਲੈਨੀ ਤਾਮ ਦੇ ਇੱਕ ਮੂਲ ਨ ਬੁੱਝਣ ਆਪਣਾ ਅਣਹੋਂਦਾ ਆਪ ਗਣਾਈਂ ਦੇ ਹਉ ਟਾਡੀ ਕਾ ਨੀਚ ਜਾਤ ਹੋਰ ਉਤਮ ਜਾਤ ਸਦਾਇੰਦੇ ਤਿੰਨ ਮੰਗਾਂ ਜੇ ਤੁਝੇ ਤੇ ਆਇੰਦੇ ਪੰਨਾ 468 ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਲੇਖਕ ਗੁਰਬਖਸ਼ ਸਿੰਘ ਦੀ ਕਾਲਾ ਅਫਗਾਨਾ ਦੂਜੇ ਕਾਂਡ ਦਾ ਛੇਵਾਂ ਭਾਗ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ